ਕਹਿੰਦੇ ਚਮਕੀਲੇ ਦਾ ਕਤਲ ਹੋਣ ਤੋਂ ਬਾਅਦ ਇਸ ਸਿੰਗਰ ਦਾ ਵੀ ਵਿੱਚ ਨਾਂ ਲੈਣ ਲੱਗ ਪਏ। ਜਦੋਂ ਹੁਣ ਕਤਲ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਇਸ ਸਿੰਗਰ ਨੂੰ ਪਤਾ ਲੱਗਦਾ ਇਹਦਾ ਨਾਮ ਸੀਗਾ ਜਸਵੰਤ ਸਦੀਲਾ ਤੇ ਇਹ ਸ਼ਾਇਦ ਲਾਗਿਓ ਸੀ, ਚਮਕੀਲੇ ਦੀ ਰਿਸ਼ਤੇਦਾਰੀ ਚੋਂ ਵੀ ਸੀ ਸ਼ਾਇਦ, ਤੇ ਬਹੁਤ ਤਮਾਮ ਜਿੰਨੇ ਗੱਲਾਂ ਚੱਲ ਪਈਆਂ ਭਾਈ। ਪਰ ਸਦੀਲਾ ਸਾਹਿਬ ਕਹਿੰਦੇ ਭਾਈ ਮੈਨੂੰ ਤਾਂ ਆਪ ਹਿੱਟ ਲਿਟ ਤੇ ਰੱਖਿਆ, ਮੇਰਾ ਤਾਂ ਆਪ। ਤੇ ਫਿਰ ਸਦੀਲਾ ਸਾਹਿਬ ਦੱਸਦੇ ਆ ਮੈਨੂੰ ਇੱਕ ਦਿਨ ਖੜਕੂ ਆਉਂਦੇ ਆ, ਗੱਡੀ ਚ ਬਿਠਾਲ ਕੇ ਲੈ ਜਾਂਦੇ ਆ ਤੇ ਉੱਤੇ ਲਿਜਾ ਕੇ ਮੇਰੇ ਨਾਲ ਦੇ ਸਾਰੇ ਭੱਜ ਜਾਂਦੇ ਆ ਤੇ ਮੈਨੂੰ 3-4 ਕਿਲੋਮੀਟਰ ਤੱਕ ਲਿਜਾਂਦੇ ਆ, ਦੱਸਦੇ ਆ ਸਾਰਾ ਕੁਛ। ਕਹਿੰਦਾ ਮੈਂ ਸੋਚਦਾ ਵੀ ਅੱਜ ਨੀ ਮੈਂ ਬਚਦਾ, ਇਹ ਨੀ ਹੁਣ ਮੈਨੂੰ ਤਾਂ ਨੀ ਛੱਡਣਾ। ਮੈਂ ਸੋਚ ਲਿਆ ਸੀ ਵੀ ਅੱਜ ਸਦੀਲਾ ਸਿਆ ਤੇਰਾ ਭੋਗ ਪੈ ਗਿਆ ਤੇ ਤੂੰ ਅੱਜ ਦਾ ਦਿਨ ਆ ਲਾਸਟ ਵਾ, ਦੇਖ ਲਾ ਦੁਨੀਆਦਾਰੀ। ਤੇ ਕਹਿੰਦੇ ਮੈਂ ਗੱਡੀ ਚੋ ਨਾ ਕਾਰ ਜਿਹ ਚ ਬੈਠਾ ਲਿਆ ਸੀ, ਉਹ ਤੋਂ ਬਾਹਰ ਨੂੰ ਦੇਖਾਂ ਵੀ ਮੈਂ ਆਹ ਫਸਲਾਂ ਦਰਖਤ ਦਰੁਖਤ ਆਖਰੀ ਵਾਰੀ ਦੇਖ ਲਵਾਂ, ਮੁੜ ਕੇ ਤਾਂ ਦੇਖਣੇ ਮਿਲਣੇ ਨੀ। ਪਰ ਨਹੀਂ, ਕਹਿੰਦੇ ਇੱਦਾਂ ਨੀ ਹੋਈ, ਮੈਨੂੰ ਜੋ ਜੋ ਕਿਹਾ ਵੀ ਇੱਦਾਂ ਨੀ ਗਾਣਾ ਉੱਦਾਂ ਨੀ ਗਾਣਾ, ਉਹ ਤੋਂ ਬਾਅਦ ਥੋੜੀ ਵਾਰ ਜਾ ਕੇ ਮੈਨੂੰ ਉਹ ਲਾ ਗਏ ਤੇ ਅਸਾਲਤਾਂ ਵਗੈਰਾ ਉਹਨਾਂ ਦੇ ਕੋਲ ਸੀ ਸਾਰਾ ਜੀ, ਉਹ ਕਹਿੰਦੇ ਕਰਨਾ ਚਾਹੁੰਦੇ ਸਾਰਾ ਕੁਛ ਕਰ ਸਕਦੇ ਸੀ ਹਨਾ। ਤੇ ਮੈਂ ਆਪ ਉਸ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਸੀ ਤੇ ਉੱਪਰੋਂ ਮੇਰੇ ਤੇ ਇਹ ਬਲੇਮ ਲਾਉਣ ਲੱਗ ਪਏ ਕੁਝ ਲੋਕ ਵੀ ਚਮਕੀਲੇ ਦਾ ਐ ਕਰਾਤਾ, ਇਹ ਨਹੀਂ ਸੀ ਜਰਦੇ, ਇਹ ਖਾਰ ਖਾਂਦੇ ਸੀ। ਕਹਿੰਦੇ ਵਿੱਚ ਫਿਰ ਸਦੀਲਾ ਸਾਹਿਬ ਕਹਿੰਦੇ ਕਈ ਚਮਕੀ ਸੁਰਿੰਦਰ ਸ਼ਿੰਦੇ ਨੂੰ ਕਹੀ ਜਾਂਦੇ ਸੀ, ਉਹ ਨਹੀਂ ਸੀ ਜਰਦਾ, ਕਈ ਕਹਿੰਦੇ ਮਾਣਕ ਨੂੰ, ਕਈ ਸਦੀਕ ਸਾਹਿਬ ਦਾ ਨਾਂ ਵੀ ਲਈ ਜਾਂਦੇ ਵੀ ਸਦੀਕ ਨੂੰ ਫੇਲ ਕਰਤਾ ਤਾਂ ਕਰਕੇ। ਤੇ ਕਹਿੰਦੇ ਪਰ ਅਸੀਂ ਇੰਨੀ ਗੱਲ ਕਹਿੰਦੇ ਸੀ ਵੀ ਚਲੋ ਸਾਡੀ ਇੰਨੀ ਤਾਂ ਹੁੰਦੀ ਆ, ਇੱਕ ਦੂਜੇ ਤੋਂ ਜੈਲਸ ਤਾਂ ਹੁੰਦੀ ਆ ਵੀ ਅੱਗੇ ਵਧਣ ਦੀ ਲਾਲਸਾ ਵੀ ਹਾਂ ਇਹ ਤੋਂ ਵੱਧ ਕੇ ਅੱਗੇ ਇਹਨੂੰ ਕਿੱਦਾਂ ਜ਼ਿਆਦਾ ਇਹਦੀ ਕਹਿਟ ਕਿੱਦਾਂ ਚੱਲ ਗਈ ਸਾਡੀ ਚੱਲੇ। ਪਰ ਕਹਿੰਦੇ ਜਿਹੜਾ ਆਹ ਮਾਮਲਾ ਹੈ ਵੀ ਕਿਸੇ ਨੂੰ ਮਰਵਾ ਦੇਣਾ ਇਹ ਐਡਾ ਵੱਡਾ ਸਾਡੇ ਬੱਸ ਦੀ ਖੇਡ ਨਹੀਂ ਹੈਗੀ, ਤੇ ਇੱਥੇ ਇੰਨੀਆਂ ਏਜੰਸੀਆਂ, ਇੰਨੇ ਲੋਕ ਆ, ਜੇ ਏਦਾਂ ਦਾ ਕੰਮ ਹੁੰਦਾ ਚਮਕੀਲੇ ਨਾਲ ਕਰਾਇਆ ਹੁੰਦਾ ਤੇ